ਚੰਦ ਪੰਕਤੀਆਂ ਮੈਂ ਪੰਜਾਬੀ ਵਿੱਚ ਲਿਖੀਆਂ ਹਨ, ਸ਼੍ਰਵਣ ਕਰੋ ਜੀ। ਗੁਰੂ ਰਾਮਦਾਸ ਦੇ ਗ੍ਰਹਿ ਵਿਖੇ, ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਮਾਤਾ ਪਾਣੀ ਦੀ ਕੁੱਖ ਚੋਂ ਪ੍ਰਗਟਿਆ ਮੂਰੀ ਮੁਖੜਾ। ਗੁਰੂ ਅਰਜਨ ਪੰਚਮ ਪਾਤਸ਼ਾਹ, ਗੁਰੂ ਅਰਜਨ ਪੰਚਮ ਪਾਤਸ਼ਾਹ। ਗੁਰੂ ਅਮਰਦਾਸ ਦਾ ਦੋਤਾ, ਗੁਰੂ ਅਮਰਦਾਸ ਦਾ ਦੋਤਾ, ਨਾਨੇ ਦੀ ਗੋਦੀ ਬੈਠ ਕੇ ਜਿਸ ਪਾਇਆ ਸੀ ਵਰਦਾਨ ਏ ਦੋਤਾ ਬਾਣੀ ਦਾ ਬੋਤਾ, ਦੋਤਾ ਬਾਣੀ ਦਾ ਬੋਤਾ। ਗੁਰੂ ਅਰਜਨ ਪੰਚਮ ਪਾਤਸ਼ਾਹ, ਜਿਸ ਅੰਮ੍ਰਿਤ ਜਿਸ ਵਿੱਚ ਹਰਿਮੰਦਰ ਸਿਰਜਿਆ ਤੇ ਸ਼ਬਦ ਗੁਰੂ ਪ੍ਰਗਾਸਿਆ। ਨਿਸ ਦਿਨ ਗੁਰਬਾਣੀ ਕੀਰਤਨ ਪੈਗਾਮ ਹੈ ਸਭ ਨੂੰ ਇਹ ਪਿਆਰ ਦਾ, ਇਹ ਜਾਤ ਮਜ਼ਹਬ ਨਾ ਪਰਖ ਦਾ, ਦਰ ਸਾਂਝਾ ਇਸ ਦਰਬਾਰ ਦਾ। ਜਹਾਂਗੀਰ ਕਸੂਬੀ ਪਾਤਸ਼ਾਹ ਉਹ ਸਹਿ ਨਾ ਸਕਿਆ ਪਿਆਰ ਨੂੰ, ਤੇ ਹਟ ਚੁਪਟੀ ਆਖਿਆ ਉਸਨੇ ਸੱਚੇ ਦਰਬਾਰ ਨੂੰ। ਉਸ ਤੱਤੀ ਤਵੀ ਬਿਠਾ ਲਿਆ ਗੁਰ ਅਰਜਨ ਪੰਚਮ ਪਾਤਸ਼ਾਹ, ਸਿਰ ਤੱਤਾ ਰੇਤਾ ਘੇਰਿਆ ਦਿੱਤੇ ਸੀ ਤਸਹੇ ਬੇਪਨਾ। ਜੇ ਸਿਰ ਤੱਤਾ ਰੇਤਾ ਘੇਰਿਆ ਦਿੱਤੇ ਸੀ ਤਸਹੇ ਬੇਪਨਾ। ਤਖ ਮੀਆਂ ਮੀਰ ਸੀ ਤੜਪਿਆ, ਤਖ ਮੀਆਂ ਮੀਰ ਸੀ ਤੜਪਿਆ, ਉਸ ਆਖਿਆ ਸੀ ਜਹਾਂਗੀਰ ਨੂੰ, ਤੂੰ ਡਰ ਅੱਲਾ ਦੇ ਕਹਿ ਤੋਂ, ਤੂੰ ਡਰ ਅੱਲਾ ਦੇ ਕਹਿ ਤੋਂ, ਦੁੱਖ ਦੇ ਨਾ ਮੁਰਸ਼ਦ ਪੀਰ ਨੂੰ, ਦੁੱਖ ਦੇ ਨਾ ਮੁਰਸ਼ਦ ਪੀਰ ਨੂੰ। ਪਰ ਸ਼ਾਂਤ ਰਹੇ ਸਨ ਸਤਿਗੁਰੂ, ਪਰ ਸ਼ਾਂਤ ਰਹੇ ਸਨ ਸਤਿਗੁਰੂ, ਸੀਨੇ ਵਿੱਚ ਸਾਗਰ ਸੀ ਜਿਵੇਂ ਜਿਵੇਂ ਹੋਠਾਂ ਤੇ ਅੰਧਰ ਸ਼ਬਦ ਸੀ, ਸਿਰ ਅੰਮ੍ਰਿਤ ਛੈਵਰ ਸੀ ਜਿਵੇਂ ਸਿਰ ਤਾਜ ਸ਼ਹੀਦਾਂ ਦੇ। ਗੁਰੂ ਰਾਵੀ ਨੂੰ ਪਾਵਨ ਕਰ ਗਏ, ਤਪਸਾ ਨੂੰ ਦੇ ਗਏ ਸ਼ਾਂਤੀ, ਅਗਨੀ ਨੂੰ ਚਾਨਣ ਕਰ ਗਏ। ਸਿਰ ਤਾਜ ਸ਼ਹੀਦਾਂ ਦੇ ਗੁਰੂ ਰਾਵੀ ਨੂੰ ਪਾਵਨ ਕਰ ਗਏ, ਤਪਸਾ ਨੂੰ ਦੇ ਗਏ ਸ਼ਾਂਤੀ, ਅਗਨੀ ਨੂੰ ਚਾਨਣ ਕਰ ਗਏ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ, ਧੰਨ ਧੰਨ ਗੁਰੂ ਅਰਜਨ ਪਾਤਸ਼ਾਹ, ਧੰਨ ਤੇਰਾ ਸਿਰਜਣ ਪਾਤਸ਼ਾਹ, ਧੰਨ ਤੇਰਾ ਜੀਵਨ ਪਾਤਸ਼ਾਹ, ਧੰਨ ਤੇਰਾ ਦਰਸ਼ਨ ਪਾਤਸ਼ਾਹ, ਧੰਨ ਤੇਰੀ ਬਾਣੀ ਪਾਤਸ਼ਾਹ, ਧੰਨ ਤੇਰਾ ਗਾਉਣ ਪਾਤਸ਼ਾਹ, ਧੰਨ ਧੰਨ ਗੁਰੂ ਅਰਜਨ ਪਾਤਸ਼ਾਹ, ਧੰਨ ਧੰਨ ਗੁਰੂ ਅਰਜਨ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।